ਬਠਿੰਡਾ ਦੇ ਮਿੰਨੀ ਸੈਕਟਰੀਏਟ ਰੋਡ ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਲਿਫਾਫੇ ਵਿੱਚ ਬੰਦ ਕੁਝ ਦਿਨਾਂ ਦਾ ਭਰੂਣ ਨੂੰ ਕੋਈ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ। ਸਫਾਈ ਕਰਮਚਾਰੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਸਮਾਜ ਸੇਵੀ ਸੰਸਥਾ ਨੇ ਭਰੂਣ ਨੂੰ ਪਹੁੰਚਾਇਆ ਹਸਪਤਾਲ। ਮੈਂ ਤੁਹਾਡਾ ਕੀ ਕਹਿਣਾ ਚਾਹਾਂਗਾ, ਕੀ ਗੱਲ ਹੋਈ ਹੈ? ਪੰਕਜ ਭਾਰਦਵਾਜ ਮੇਰਾ ਨਾਮ ਹੈ ਜੀ। ਅਤੇ ਅੱਜ ਸਵੇਰੇ ਹੀ ਮੇਟ ਦਾ ਫੋਨ ਆਇਆ ਸੀ, ਜਿਹੜੇ ਏਰੀਏ ਦੇ ਮੇਟ ਹੈ ਕਿ ਐਂ ਕਰਕੇ ਇੱਕ ਮੰਦਭਾਗੀ ਘਟਨਾ ਜਿਹੜੀ ਹੋਈ ਹੈ ਏਰੀਏ ਦੇ ਵਿੱਚ, ਇੱਕ ਭਰੂਣ ਪਿਆ ਹੈਗਾ। ਅਤੇ ਮੌਕੇ 'ਤੇ ਮੈਂ ਆਇਆ ਅਤੇ ਦੇਖ ਕੇ ਜਿਹੜਾ ਮੇਟ ਹੈ, ਮੇਟ ਨੇ ਜਿਹੜਾ ਕੰਟਰੋਲ ਰੂਮ 112 'ਤੇ ਕਾਲ ਕੀਤੀ ਹੈ ਅਤੇ ਮੌਕੇ 'ਤੇ ਪੁਲਿਸ ਪਾਰਟੀ ਆ ਗਈ ਹੈ ਜੀ। ਅਤੇ ਇਹੀ ਮੰਗ ਕਰਨਾ ਚਾਹਾਂਗਾ, ਦੇਖੋ ਸ਼ਹਿਰ ਦੇ ਵਿੱਚ ਵਿਚਾਲੇ ਜੇ ਇਹੋ ਜਿਹੀ ਹਰਕਤਾਂ ਹੋ ਰਹੀਆਂ, ਇਹੋ ਜਿਹਾ ਕ੍ਰਾਈਮ ਨੂੰ ਬੜਾਵਾ ਦਿੱਤਾ ਜਾ ਰਿਹਾ ਹੈਗਾ, ਠੀਕ ਹੈ, ਸਖ਼ਤ ਤੋਂ ਸਖ਼ਤ ਜਿੰਨੀ ਕਾਰਵਾਈ ਹੋ ਸਕਦੀ ਹੈ ਪ੍ਰਸ਼ਾਸਨ ਕੋਲੋਂ ਬੇਨਤੀ ਕਰਦੇ ਹਾਂ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮਿੰਨੀ ਸੈਕਟਰੀਏਟ ਰੋਡ ਹੈ ਜੀ, ਗਲੀ ਨੰਬਰ 6 ਹੈ ਜੀ, ਸ਼ਿਵ ਮੰਦਰ ਦੇ ਕੋਲ ਜੀ। ਬਹੁਤ ਕਿੰਨੇ ਕੁ ਟਾਈਮ ਦਾ ਲੱਗਿਆ ਵੀ, ਕਿਸ ਤਰ੍ਹਾਂ ਕਿੰਨੀ? ਦੇਖੋ ਜੀ, ਉਹ ਤਾਂ ਡਾਕਟਰੀ ਮੈਥਡ ਦੱਸੂਗਾ, ਮਤਲਬ ਹੈ ਭਰੂਣ, ਇਹ ਕਲੀਅਰ ਹੋਇਆ ਹੈਗਾ ਹੈ ਭਰੂਣ, ਅਤੇ ਬੜੀ ਮੰਦਭਾਗੀ ਘਟਨਾ ਹੈ ਜੀ। ਹਾਂਜੀ, ਕੀ ਨਾਮ ਆ ਤੁਹਾਡਾ, ਤੁਸੀਂ ਪਹੁੰਚੇ, ਕੀ ਗੱਲ ਹੋਈ ਹੈ? ਮੈਂ ਏ ਐੱਸ ਆਈ ਸੁਖਵਿੰਦਰ ਸਿੰਘ ਜੀ, ਵਿਕਟਰ 6 PCR 'ਤੇ ਜੋੜੀ ਹੈ ਮੇਰੀ। ਅੱਛਾ ਜੀ। ਸਾਨੂੰ ਕਡੀਸ਼ਾ ਤੋਂ ਕਾਲ ਆਈ ਸੀਗੀ। ਅੱਛਾ ਜੀ। ਵੀ ਇੱਕ ਇੱਥੇ ਬੱਚੇ ਦੀ ਡੈੱਡ ਬੋਡੀ ਪਈ ਹੈਗੀ। ਅੱਛਾ ਜੀ। ਜਦੋਂ ਆ ਕੇ ਦੇਖਿਆ ਤਾਂ ਭਰੂਣ ਸੀ ਉਹ ਬੱਚੇ ਦਾ। ਅੱਛਾ ਜੀ। ਅਤੇ ਉਹ ਅਸੀਂ ਆਪਣਾ ਸਾਰਾ ਦੀ ਮਦਦ ਨਾਲ ਅਤੇ ਸਿਰਫ ਅਡੋਪਟ ਕਰ ਜਮ੍ਹਾਂ ਕਰਾਤਾ ਗਾ। ਠੀਕ ਹੈ ਜੀ। ਹਾਂਜੀ, ਅਗਲੀ ਕਾਰਵਾਈ ਕੁਛ ਲੱਗਿਆ ਮੁੱਢਲੇ ਹਾਲਾਤਾਂ ਤੋਂ? ਨਹੀਂ, ਹਜੇ ਕੋਈ ਸਾਲ ਕੋਈ ਭਰੂਣ ਆਈ ਥੋੜ੍ਹਾ ਜਿਹਾ। ਠੀਕ ਹੈ। ਉਹ ਥੋੜ੍ਹਾ 4 ਕੁ ਮਿੰਟ ਦਾ ਹੋ ਗਏ, ਕਨਫਰਮ ਹੀ ਕਹਿ ਸਕਦੇ ਜੀ। ਠੀਕ ਹੈ। ਹਾਂ, ਪਰ ਉਹ ਇਨਵੈਸਟੀਗੇਸ਼ਨ ਜੋ ਵੀ ਹੋਊਗਾ ਆਇਓ ਕਰਨਗੇ ਜਾ ਕੇ। ਬਠਿੰਡਾ ਦੇ ਮਿੰਨੀ ਸੈਕਟਰੀਏਟ ਰੋਡ ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਲਿਫਾਫੇ ਵਿੱਚ ਬੰਦ ਕੁਝ ਦਿਨਾਂ ਦਾ ਭਰੂਣ ਨੂੰ ਕੋਈ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ। ਸਫਾਈ ਕਰਮਚਾਰੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚ